ਬਠਿੰਡਾ ਵਿੱਚ ਅੱਜ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਮਾਂ ਪੁੱਤ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਘਰ ਚੋਂ ਖੂਨ ਬਾਹਰ ਆ ਰਿਹਾ। ਜਦੋਂ ਉਹ ਮੌਕੇ ਉੱਤੇ ਪੁੱਜੇ, ਦਰਵਾਜ਼ਾ ਖੋਲਿਆ ਤਾਂ ਅੰਦਰ ਖੂਨ ਨਾਲ ਲਥਪਥ ਇੱਕ ਔਰਤ ਤੇ ਇੱਕ ਵਿਅਕਤੀ ਪਏ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਔਰਤ ਦੀ ਮੌਤ ਹੋ ਚੁੱਕੀ ਹੈ ਤੇ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਇਹ ਖੇਤਾ ਸਿੰਘ ਬਸਤੀ ਹੈ, 2 ਨੰਬਰ ਗਲੀ ਹੈ ਅਤੇ ਇਹਦੇ ਵਿੱਚ ਸਾਨੂੰ ਸੁਬਹਾ ਇਨਫੋਰਮੇਸ਼ਨ ਮਿਲੀ ਸੀ ਕੁਛ ਬਲੱਡ ਬਾਹਰ ਆ ਰਿਹਾ ਘਰ ਤੋਂ, ਤਾਂ ਅਸੀਂ ਆ ਕੇ ਦੇਖਿਆ ਅਤੇ ਇੱਥੇ ਇੱਕ ਵਿਕਾਸ ਪੁੱਤਰ ਕੇਸ਼ ਕੁਮਾਰ ਅਤੇ ਮਧੂ ਰਾਣੀ ਜਿਹੜੇ ਕਿ ਮਾਂ ਪੁੱਤ ਰਹਿੰਦੇ ਨੇ, ਇਹ ਨਾਲ ਹੀ ਆਪਣੀ ਦੁਕਾਨ ਕਰਦੇ ਨੇ ਅਤੇ ਇਸੇ ਘਰ ਦੇ ਵਿੱਚ ਪਿੱਛੇ ਇਹ ਘਰ ਇੱਥੇ ਰਹਿ ਰਹੇ ਨੇ। ਇਹਨਾਂ ਦੇ ਹੈੱਡ ਇੰਜਰੀ ਹੈ, ਸਿਰ ਦੀਆਂ ਸੱਟਾਂ ਨੇ, ਜਿਹੜੀ ਕਿ ਮਧੂ ਰਾਣੀ ਹੈ ਉਹਦੀ ਹੋਸਪਿਟਲ 'ਚ ਡੈਥ ਹੋ ਗਈ ਹੈ। ਅਜੇ ਵਿਕਾਸ ਗੋਇਲ ਦਾ ਇਲਾਜ ਚੱਲ ਰਿਹਾ ਹੈ ਜਿਹਨੂੰ ਕਿ ਪ੍ਰਾਈਵੇਟ ਹੋਸਪਿਟਲ ਸ਼ਿਫਟ ਕੀਤਾ ਹੋਇਆ। ਇਹਦੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅਤੇ ਦੇਖ ਰਹੇ ਹਾਂ। ਸਾਡੇ ਨਾਲ ਵੱਖ ਵੱਖ ਟੀਮਾਂ, ਟੈਕਨੀਕਲ ਟੀਮ ਸਾਡੇ ਨਾਲ ਆਈਆਂ ਹੋਈਆਂ ਨੇ, ਸਾਡੇ ਨਾਲ ਫੋਰੈਂਸਿਕ ਸਾਇੰਸ ਟੀਮ ਸਾਡੇ ਨਾਲ ਆਈ ਹੋਈ ਹੈ ਅਤੇ ਹੋਰ ਸਾਡੇ ਕੋਲ ਅਧਿਕਾਰੀ ਆਏ ਹੋਏ ਨੇ ਜੋ ਅਸੀਂ ਪਬਲਿਕ ਨਾਲ ਆਸੇ ਪਾਸੇ ਜੋ ਕੁਛ ਵੀ ਅਸੀਂ ਇਨਫੋਰਮੇਸ਼ਨ ਗੈਟ ਕਰ ਰਹੇ ਹਾਂ ਉਸ ਤੋਂ ਇਲਾਵਾ ਜੋ ਜਿਹੜੇ ਅਕਿਊਜ਼ ਆ ਤਾਂ ਕਿ ਜਲਦੀ ਟਰੇਸ ਕਰ ਸਕੀਏ। ਮਾਂ ਪੁੱਤ ਤੇ ਹਮਲਾ ਕਿਸਨੇ ਕੀਤਾ ਹੈ, ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਬਠਿੰਡਾ ਤੋਂ ਕੁਨਾਲ ਬਾਂਸਲ ਦੀ ਰਿਪੋਰਟ, ਜਗਬਾਣੀ ਟੀਵੀ।